ਸੋ ਤੁਹਾਡਾ ਸਾਰਿਆਂ ਦਾ ਬੜਾ ਸਵਾਗਤ ਹੈ। ਸੋ ਮੈਂ ਤੁਹਾਡੇ ਨਾਲ ਚੰਦ ਗੱਲਾਂ ਕਰਨਾ ਚਾਹੁੰਦਾ, ਸ਼ੇਅਰ ਕਰਨਾ ਚਾਹੁੰਦਾ ਕਿ ਅੱਜ ਅਸੀਂ ਬਠਿੰਡਾ ਪਾਰਲੀਮੈਂਟ ਜੋ ਲੜਨ ਜਾ ਰਹੇ ਹਾਂ ਅਤੇ ਮੈਨੂੰ ਕਾਂਗਰਸ ਨੇ ਬਤੌਰ ਉਮੀਦਵਾਰ ਬਣਾ ਕੇ ਇੱਥੇ ਇਲੈਕਸ਼ਨ ਲੜਨ ਦਾ ਹੁਕਮ ਕੀਤਾ ਹੈ। ਸੋ ਅੱਜ ਅਸੀਂ ਆਗਾਜ਼ ਕੀਤਾ ਆਪਦੇ ਓਫਿਸ਼ਲ ਤੌਰ 'ਤੇ ਇਲੈਕਸ਼ਨ ਕੈਂਪੇਨ ਦਾ, ਅਤੇ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਬਠਿੰਡੇ ਦੇ ਵਿੱਚ ਅਸੀਂ ਮੁੱਖ ਚੋਣ ਦਫ਼ਤਰ, ਮੇਨ ਜਿਹੜਾ ਸਾਡਾ ਇਲੈਕਸ਼ਨ ਦਾ ਦਫ਼ਤਰ ਹੈ, ਉਹਦਾ ਅੱਜ ਅਸੀਂ ਉਦਘਾਟਨ ਕੀਤਾ। ਸੋ ਲੋਕਾਂ 'ਚ ਅਤੇ ਖਾਸ ਕਰਕੇ ਕਾਂਗਰਸ ਦੇ ਵਰਕਰਾਂ 'ਚ ਬਹੁਤ ਉਤਸ਼ਾਹ ਹੈ। ਅੱਜ ਵੀ ਇਸ ਇਨੋਗਰੇਸ਼ਨ 'ਤੇ, ਦਫ਼ਤਰ ਖੋਲ੍ਹਣ 'ਤੇ ਬਹੁਤ ਵੱਡੀ ਗਿਣਤੀ ਨਾਲ ਸਾਰੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਪਹੁੰਚੇ ਨੇ। ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਅਤੇ ਹੁਣ ਇੱਥੋਂ ਹੀ ਸਾਰੇ ਕੈਂਪੇਨ ਦਾ ਜੋ ਸਿਸਟਮ ਹੈ, ਜੋ ਪ੍ਰੋਗਰਾਮ ਹੈ, ਇਸ ਚੋਣ ਦਫ਼ਤਰ 'ਚੋਂ ਚੱਲੇਗਾ, ਕਿਉਂਕਿ ਦਫ਼ਤਰ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੁੰਦਾ ਹੈ। ਮੈਨੇਜਮੈਂਟ ਇਲੈਕਸ਼ਨ ਦੀ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ। ਸੋ ਜੋ ਇਲੈਕਸ਼ਨ ਦੀ ਮੈਨੇਜਮੈਂਟ ਹੈ ਉਹ ਮੁੱਖ ਚੋਣ ਦਫ਼ਤਰ 'ਚੋਂ ਚੱਲਣੀ ਹੈ। ਅਸੀਂ ਇੱਥੇ ਸੀਨੀਅਰ ਕਾਂਗਰਸ ਲੀਡਰਸ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਉਹ ਆਪਦੀ ਪਲੈਨਿੰਗ ਵੱਖ ਵੱਖ 9 ਦੇ 9 ਹਲਕਿਆਂ ਦੀ ਇੱਥੋਂ ਪਲੈਨਿੰਗ ਹੋ ਕੇ ਰੋਜ਼ ਦੀ ਉਹ ਹਲਕਿਆਂ 'ਚ ਜਾਇਆ ਕਰੇਗੀ ਅਤੇ ਸ਼ਾਮ ਤੱਕ ਸਾਨੂੰ ਇੱਥੇ ਫੀਡਬੈਕ ਮਿਲ ਕੇ ਅਸੀਂ ਜੋ ਵੀ ਉਹਦੇ 'ਚ ਅੱਗੇ ਐਕਸ਼ਨ ਕਰਨਾ ਹੋਊਗਾ ਉਹ ਅਸੀਂ ਸਮੇਂ ਸਮੇਂ ਸਿਰ ਕਰਦੇ ਰਹਾਂਗੇ। ਸੋ ਇਸ ਤੋਂ ਬਾਅਦ ਅਸੀਂ ਜਾਣਾ ਡੀ ਸੀ ਦਫ਼ਤਰ, ਜਿੱਥੇ ਕਿ ਅੱਜ 12:30 ਦੇ ਵਿੱਚ ਵਿੱਚ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਨੇ। ਉਹ ਫਾਈਲ ਕਰਨ ਤੋਂ ਬਾਅਦ ਅਸੀਂ ਸ਼੍ਰੀ ਦਮਦਮਾ ਸਾਹਿਬ ਤਖਤ ਸਾਹਿਬ 'ਤੇ ਸਾਰਿਆਂ ਨੂੰ ਨਾਲ ਲੈ ਕੇ ਮੱਥਾ ਟੇਕਣਾ, ਨਤਮਸਤਕ ਹੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਹੈ, ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਕਿ ਸਾਨੂੰ ਬਲ ਦੇਵੇ ਕਿ ਅਸੀਂ ਵਧੀਆ ਤਰੀਕੇ ਨਾਲ ਇਲੈਕਸ਼ਨ ਲੜ ਕੇ ਸਾਨੂੰ ਕਾਮਯਾਬੀ ਮਿਲੇ, ਤਾਂ ਕਿ ਬਠਿੰਡਾ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੀ, ਪੰਜਾਬ ਦੀ ਮੈਂ ਬਤੌਰ ਐਮ ਪੀ ਬਣ ਕੇ ਸੇਵਾ ਕਰ ਸਕਾਂ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ। ਹਾਂਜੀ ਕੀ ਜੀ, ਦੇਖੋ ਹਾਂ, ਰਾਜਾ ਵੜਿੰਗ ਜੋ ਸਾਡੇ ਪ੍ਰਧਾਨ ਨੇ ਉਹ ਆ ਰਹੇ ਨੇ, ਤੇ ਪ੍ਰਤਾਪ ਸਿੰਘ ਬਾਜਵਾ ਇਸ ਕਰਕੇ ਨਹੀਂ ਆ ਸਕ ਰਹੇ ਕਿਉਂਕਿ ਉਹਨਾਂ ਨੇ ਅੱਜ ਗੁਰਦਾਸਪੁਰ ਤੇ ਜਲੰਧਰ ਕਾਗਜ਼ ਭਰਨੇ ਨੇ ਤੇ ਤੁਹਾਨੂੰ ਪਤਾ ਹੈ ਕਾਗਜ਼ ਭਰਨ ਦਾ ਟਾਈਮ ਉਹੀ ਹੁੰਦਾ। ਸੋ ਸਾਰੇ ਕਿਉਂਕਿ ਹੁਣ ਦਿਨ ਅੱਜ ਇੱਕ ਹੈਗਾ ਜਿਹਨੇ 3-4 ਕਾਂਗਰਸ ਉਮੀਦਵਾਰਾਂ ਨੇ ਕਾਗਜ਼ ਭਰਨੇ ਨੇ। ਸੋ ਜਾਂ ਤਾਂ ਪ੍ਰਤਾਪ ਤੇ ਦੋਨੋਂ ਇਕੱਠੇ ਆ ਜਾਂਦੇ ਜੇ ਅੱਜ ਕਿਸੇ ਹੋਰ ਨੇ ਨਹੀਂ ਭਰਨੇ ਸੀ, ਜੇ ਅੱਜ ਹੋਰਾਂ ਨੇ ਵੀ, ਸੁਖੀ ਰੰਧਾਵਾ ਜੀ ਨੇ ਭਰਨੇ ਹੈ, ਚੰਨੀ ਸਾਹਿਬ ਨੇ ਭਰਨੇ ਹੈ, ਹੁਸ਼ਿਆਰਪੁਰ ਭਰੇ ਜਾ ਰਹੇ ਨੇ, ਬਠਿੰਡੇ ਭਰੇ ਜਾ ਰਹੇ ਨੇ। ਸੋ ਪ੍ਰਤਾਪ ਜੀ ਨੇ ਤੇ ਰਾਜਾ ਜੀ ਨੇ ਆਪਦਾ ਮੇਰੇ ਖਿਆਲ ਡਿਊਟੀ ਵੰਡ ਲਈ ਹੈ। ਰਾਜਾ ਜੀ ਮੇਰੇ ਕੋਲ ਆ ਰਹੇ ਨੇ, ਪ੍ਰਤਾਪ ਮੇਰੇ ਖਿਆਲ ਗੁਰਦਾਸਪੁਰ ਤੇ ਜਲੰਧਰ ਜਾ ਰਹੇ ਨੇ। ਚਲੋ ਪਤਾ ਲੱਗ ਜੂ ਫਿਰ। ਸਿੱਧੂ ਸਾਹਿਬ, ਲਗਾਤਾਰ ਜੇ ਅਕਾਲੀ ਦਲ ਦੀ ਗੱਲ ਕਰੀਏ, ਭਾਜਪਾ ਤੋਂ ਜਿਹੜੇ ਘਰ ਵਾਪਸੀ ਹੋ ਰਹੀ ਹੈ ਅਕਾਲੀ ਦਲ ਦੇ ਵਿੱਚ, ਚਰਚਾਵਾਂ
ਆਪਣੇ ਇੱਕ ਹੋਰ ਲੀਡਰ ਨੇ ਭਾਜਪਾ ਦੇ, ਉਹਨਾਂ ਦੀ ਵਾਪਸੀ ਦੀ ਗੱਲ ਚੱਲ ਰਹੀ ਹੈ, ਚੱਲ ਰਹੀ ਨੇ, ਜਦੋਂ ਹੋਊਗੀ ਉਦੋਂ ਗੱਲ ਕਰਿਓ। ਜਿੱਥੇ ਤੱਕ ਰਵੀ ਪ੍ਰੀਤ ਦੀ ਗੱਲ ਹੈ, ਦੇਖੋ ਉਹਦੀ ਵਿਕਰਮ ਮਜੀਠੀਆ ਨਾਲ ਦੋਸਤੀ ਸੀ, ਉਹ ਤਾਂ ਜਿਵੇਂ ਕਹਿੰਦਾ ਹੈ ਨਾ, ਉਹ ਸਿਰਫ ਐਡਹੋਕ ਗਿਆ ਹੋਇਆ ਸੀ, ਆਪਣਾ ਇੰਟਰਨਸ਼ਿਪ ਕਰਨ ਗਿਆ ਹੋਇਆ ਸੀ ਬਾਦਸ਼ਾਹ ਚ, ਦਿਲ ਉਹਦਾ ਅਕਾਲੀ ਦਲ ਚ ਸੀ ਤੇ ਅਕਾਲੀ ਦਲ ਨੂੰ ਉੱਥੇ ਕੋਈ ਹਲਕਾ ਇੰਚਾਰਜ ਮਿਲ ਨਹੀਂ ਰਿਹਾ ਸੀ, ਸੋ ਉਹਨਾਂ ਨੇ ਇੱਕ ਕੰਪਰੋਮਾਈਜ਼ਡ ਹਲਕਾ ਇੰਚਾਰਜ ਰਵੀ ਪ੍ਰੀਤ ਦੇ ਰੂਪ ਦੇ ਵਿੱਚ ਤਲਵੰਡੀ ਸਾਹਿਬ ਵਿੱਚ ਲੈ ਕੇ ਆਏ। ਸਵਾਲ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ, ਉਹ ਤੁਹਾਡੇ ਬਾਰੇ ਗੱਲ ਹੋਈ, ਉਹ ਕਹਿੰਦੇ ਵੀ ਮੈਂ ਨੀ ਪਾਰਟੀ ਚੋਂ ਕੱਢਿਆ ਜੀਤ ਮਹਿੰਦਰ ਸਿੰਘ ਸਿੱਧੂ ਨੂੰ, ਉਹ ਜਿਹੜੇ ਇੱਥੇ ਦੇ ਤਲਵੰਡੀ ਸਾਹਿਬ ਦੇ ਲੋਕ ਨੇ ਵਰਕਰਾਂ ਨੇ ਕੱਢਿਆ, ਉਹ ਵੀ ਮੈਂ ਪਾਰਟੀ ਚੋਂ ਨਹੀਂ ਕੱਢਿਆ। ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉਹ ਮੈਨੂੰ ਲੱਗਦਾ ਜਾਂ ਤਾਂ ਥੋੜਾ ਮੈਂਟਲੀ ਅਨਸਟੇਬਲ ਹੈ, ਉਹ ਹੋ ਗਿਆ ਕਿਉਂਕਿ ਉਹਦੀ ਘਰ ਵਾਲੀ ਹਾਰ ਰਹੀ ਹੈ, ਕਿਉਂਕਿ ਉਹਨੂੰ ਇਹੀ ਨਹੀਂ ਪਤਾ ਕਿ ਪਹਿਲੀ ਗੱਲ ਤਾਂ ਪਾਰਟੀ ਚੋਂ ਮੈਨੂੰ ਕੱਢਿਆ ਨਹੀਂ, ਤੇ ਅੱਜ ਤੱਕ ਮੈਨੂੰ ਤੁਸੀਂ ਦੱਸ ਦਿਓ, ਵਰਕਰ ਕਿਸੇ ਲੀਡਰ ਨੂੰ ਪਾਰਟੀ ਚੋਂ ਕੱਢਦੇ ਹੁੰਦੇ ਆ? ਇਹ ਪ੍ਰੋਗਰੇਟਿਵ ਹੁੰਦਾ ਪਾਰਟੀ ਦੇ ਪ੍ਰਧਾਨ ਦਾ, ਤੇ ਮੈਂ ਉਦਨ ਵੀ ਤੁਸੀਂ ਸਾਰੇ ਸੀ ਜਿੱਦਣ ਮੈਂ ਪਾਰਟੀ ਚੋਂ ਰਿਜ਼ਾਈਨ ਕੀਤਾ। ਇਹਨਾਂ ਨੂੰ ਇਹ ਇੱਕ ਹੁਣ ਸ਼ੌਕ ਲੱਗ ਰਿਹਾ, ਤੇ ਉਹ ਵੀ 440 ਵੋਲਟ ਦਾ ਲੱਗਿਆ ਹੋਇਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਗਿਆ ਸੀ, ਅੱਜ ਉਹੀ ਸਾਡਾ ਮੁਕਾਬਲਾ ਕਰਕੇ ਸਾਨੂੰ ਹਰਾਉਣ ਤੇ ਲੱਗਿਆ ਹੋਇਆ, ਤੇ ਇਹਨੇ ਜਿੱਤ ਜਾਣਾ, ਤੇ ਮੇਰਾ ਜਿਹੜਾ ਇੱਕ ਸਟੈਂਡ ਸੀਗਾ ਉਹ ਮੇਰਾ ਸਟੈਂਡ ਪ੍ਰੂਵ ਹੋ ਜਾਣਾ ਕਿ ਅਕਾਲੀ ਦਲ ਪੰਜਾਬ ਚ ਬਿਲਕੁਲ ਖਤਮ ਹੋ ਜਾਣਾ। ਸਿੱਧੂ ਸਾਹਿਬ ਸੀਐਮ ਭਗਵੰਤ ਸਿੰਘ ਮਾਨ ਕਹਿੰਦੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ 2 ਲੱਖ ਵੋਟ ਤੋਂ ਜਿਤਾਵਾਂਗੇ, ਕੀ ਕਹਿਣਾ ਚਾਹੋਗੇ? ਉਹ ਤਾਂ 10 ਲੱਖ ਵੀ ਕਹਿ ਸਕਦਾ, ਭਗਵੰਤ ਮਾਨ ਦੀ ਕੋਈ ਗੱਲ ਸੀਰੀਅਸਲੀ ਤੁਸੀਂ ਲੈਣੇ ਹੋ? ਤੁਸੀਂ ਜੋ ਉਹਨੇ ਇੱਥੇ ਬਠਿੰਡੇ ਚ ਗੁੱਲ ਖਿਲਾ ਕੇ ਗਿਆ, ਉਸ ਤੋਂ ਬਾਅਦ ਬੈਟਰ ਇਹੀ ਹੈ ਕਿ ਆਪਾਂ ਭਗਵੰਤ ਮਾਨ ਬਾਰੇ ਬੜੀਆਂ ਗੱਲਾਂ ਨਾ ਕਰਿਆ ਕਰੀਏ। ਉਹ ਤਾਂ ਤੀਰ ਕਮਾਨ ਚਲਾ ਕੇ ਪਤਾ ਨੀ ਕਿਹਨੂੰ ਮਾਰਨ ਤੇ ਲੱਗਿਆ ਪਿਆ, ਉਹ ਤਾਂ ਜੂ ਅੱਖ ਜੀ ਬੰਦ ਕਰਕੇ ਤੀਰ ਕਮਾਨ ਚਲਾ ਲੈਂਦਾ, ਉਹ ਪਤਾ ਨੀ ਕਿਹਦੇ ਮਾਰਨਾ ਚਾਹੁੰਦਾ ਉਹ ਤੀਰ। ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆ, ਗੱਲ ਮੁੱਦਿਆਂ ਦੀ ਕਰੀਏ, ਇਲੈਕਸ਼ਨ ਮੁੱਦਿਆਂ ਦਾ ਹੁੰਦਾ। ਮੈਂ 2 ਲੱਖ ਤੇ ਜਿੱਤ ਦੂ, ਮੈਂ 13-0 ਕਰ ਦੂ, ਜਦੋਂ 4 ਤਰੀਕ ਨੂੰ ਰਿਜ਼ਲਟ ਆਜੂਗਾ ਨਾ, ਸਾਰਾ ਕੁਛ ਸਾਹਮਣੇ ਆਜੂਗਾ, ਇਹ ਗੱਲਾਂ ਰਹਿ ਜਾਣੀਆਂ। ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ ਅੱਛੀ ਪਰਫਾਰਮੈਂਸ, 13 ਦੀਆਂ 13 ਸੀਟਾਂ ਸਾਡੀ ਰਹੇਗੀ। ਕੋਈ ਪੂਰਾ ਕੀਤਾ? ਅੱਜ ਲੋਕੀ ਜਿਹਨਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਆਹ 2 ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ 20 ਸਾਲ ਪਿੱਛੇ ਲੈਤਾ, ਕੋਈ ਇਹੋ ਜਿਹਾ ਵਰਗ ਨਹੀਂ ਜਿਹੜਾ ਖੁਸ਼ ਹੋਵੇ। ਸਾਰੇ ਸੜਕਾਂ ਤੇ ਉਤਰੇ ਹੋਏ ਨੇ, ਮੁਲਾਜ਼ਮ ਤਾਂ ਉਤਰੇ ਹੋਏ ਨੇ, ਕਿਸਾਨ ਤਾਂ ਉਤਰੇ ਹੋਏ ਨੇ। ਤੁਸੀਂ ਦੇਖੋ ਤਾਂ ਸਹੀ, ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦੁਬਾਰਾ ਮੌਕਾ ਨਹੀਂ ਦੇਵਾਂ, ਅੱਜ ਵੀ ਟੈਂਕੀਆਂ ਤੇ ਲੋਕੀ ਬੈਠੇ ਨੇ, ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦੇਵਾਂਗੇ, ਅਸੀਂ ਲੋਕਾਂ ਦੀਆਂ ਪੱਗਾਂ ਨਾਲ ਰੋਲਾਂਗੇ। ਤੁਸੀਂ ਆਪ ਦੇਖਦੇ ਹੋ, ਮੀਡੀਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਪੱਗਾਂ ਰੋਲੀਆਂ ਗਈਆਂ, ਦੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ। ਸੋ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ ਹੁੰਦੀ। ਇੱਕ ਮਿੰਟ, ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ ਹੁੰਦੀ, ਸਰਕਾਰ ਚੱਲਦੀ ਹੈ ਜਿਹੜਾ ਕਿ ਕੋਈ ਐਕਸਪੀਰੀਅੰਸ ਹੋਵੇ। ਸਰਕਾਰ ਚੱਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਦਰਦ ਹੋਵੇ, ਕੋਈ ਰੋਡ ਮੈਪ ਹੋਵੇ। ਇਨਕਮ ਤਾਂ 0 ਹੈ,
ਇੱਕ ਲੱਖ ਕਰੋੜ ਤੋਂ ਨੇੜੇ ਤਾਂ ਲੋਨ ਚੱਕ ਲਿਆ, ਤਨਖਾਹ ਤੁਸੀਂ ਦੇ ਨਹੀਂ ਸਕਦੇ, ਬਿਜਲੀ ਬੋਰਡ ਤੁਸੀਂ ਕੰਗਾਲ ਕਰਤਾ। ਸੋ ਹੁਣ ਕਿਹੜੇ ਪਾਸੇ ਨੂੰ ਪੰਜਾਬ ਜਾ ਰਿਹਾ ਸੋਚਣ ਦੀ ਇੱਥੇ ਲੋੜ ਹੈ। ਆ ਜਿਹੜੇ ਵਨ ਲਾਈਨਰ ਨੇ ਨਾ, ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜ ਭਾਗ ਚ ਆ ਗਏ ਹੋ, ਤੁਸੀਂ ਜ਼ਿੰਮੇਵਾਰ ਬਣ ਗਏ ਹੋ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨੇ, ਤੇ ਉਹਨੂੰ ਪੂਰਾ ਕਰੋ, ਨਾ ਕਿ ਹਮੇਸ਼ਾ ਹੀ ਓਪੋਜੀਸ਼ਨ ਨੂੰ ਤੁਸੀਂ ਕ੍ਰਿਟੀਸਾਈਜ਼ ਕਰਦੇ ਰਹੋ। ਕਾਂਗਰਸ ਅਕਾਲੀ ਦਲ ਦੇ ਲੈ ਕੇ ਪੰਜਾਬੀ ਗੱਲ ਕਹਿ ਰਿਹਾ ਵੀ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ, ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਪਿੰਡਾਂ ਦੇ ਅੰਦਰ, ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਅਕਾਲੀ ਦਲ ਰਹੇ ਹੋ, ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋ? ਮੈਂ ਕੀ ਹੈਂਡਲ ਕਰਨਾ, ਲੋਕਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ, ਮੈਂ ਜਿੱਤ ਜਾਣਾ, ਇਸ ਚ ਹੈਂਡਲ ਨੂੰ ਕੀ ਕਰਨਾ? ਇਸ ਚ ਹੈਂਡਲ ਕੀ ਹਾਲ ਹੈ ਲੋਕਾਂ ਦੇ? ਨਹੀਂ ਨਹੀਂ, ਲੋਕਾਂ ਦਾ ਸਵਾਲ ਹੈ ਵੀ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗੇ ਕਹਿੰਦੇ ਮੇਰੀ ਸਟੇਟਮੈਂਟ ਕਦੀ ਦੇਖੀ ਤੁਸੀਂ ਮੈਂ ਚੰਗਾ ਕਿਹਾ ਕਿਸੇ ਨੂੰ? ਕਿਉਂਕਿ ਲਗਾਤਾਰ ਨਹੀਂ ਨਹੀਂ ਤਲਵੰਡੀ ਚੋਂ ਲੀਡ ਤੁਸੀਂ ਦਿਵਾਉਂਦੇ ਰਹੇ ਹੋ, ਦਿਵਾਉਂਦਾ ਰਿਹਾ। ਹਾਂਜੀ, ਗੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ, ਹੈਂਡਲਿੰਗ ਦੀ ਕੀਤੀ ਹੈ। ਹਾਂਜੀ, ਮੈਂ ਕੋਈ ਚੀਜ਼ ਹੈਂਡਲ ਨਹੀਂ ਕੀਤੀ ਜੀ, ਠੀਕ ਹੈ ਨਾ? ਮੇਰੀ ਜੋ ਡਿਊਟੀ ਸੀ ਅਕਾਲੀ ਦਲ, ਨਾਲੇ ਹੁਣ ਛੱਡੋ ਅਕਾਲੀ ਦਲ ਦੀ ਗੱਲ, ਹੁਣ ਕਰੋ ਮੇਰੀ ਗੱਲ, ਠੀਕ ਹੈ ਨਾ? ਮੈਂ ਦੱਸਾਂ, ਡੋਨਟ ਲਿਵ ਇਨ ਦੀ ਪਾਸਟ। ਤੁਹਾਡੀ ਕਈਆਂ ਦੀ ਆਦਤ ਹੈ, ਤੁਸੀਂ ਨਾ ਪਛਾਣੋ ਚੱਲਦੇ ਹੋ, ਸਾਡੀ ਸੋਚ ਅਗਾਂਹ ਦੀ ਹੈ। ਸੋ ਸੋਚੋ ਕਿ ਅੱਗੇ ਬਠਿੰਡੇ ਵਾਸਤੇ ਕੀ ਕਰਨਾ ਹੈ। ਜਿਤਮਿੰਦਰ ਜੀ, ਇੱਕ ਜਣਾ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਲੇਡੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਖੜੀ ਹੋਈ ਹੈ, ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਹੈਗੀ, ਤੇ ਗੁਰਦੀਆ ਸਾਹਿਬ ਨੇ ਕਿਵੇਂ ਮੁਕਾਬਲਾ ਕਿਵੇਂ ਦੇਖਦੇ? ਮੈਂ ਤਾਂ ਇਹ ਦੇਖਦਾ ਕਿ ਅਸੀਂ ਇੱਕ ਰੇਸ ਚ, ਅੱਜ ਦੀ ਕੜੀ ਮੈਂ ਰੇਸ ਚ ਸਭ ਤੋਂ ਅੱਗੇ ਹਾਂ, ਤੇ ਜਿਹੜਾ ਰੇਸ ਜਿੱਤਦਾ ਹੁੰਦਾ ਨਾ, ਰੇਸ ਦਾ ਪਹਿਲਾ ਅਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀ, ਤੇਰਾ ਟਾਈਮ ਵੀ ਵੇਸਟ ਹੋਊਗਾ, ਐਨਰਜੀ ਵੀ ਵੇਸਟ ਹੋਊਗੀ। ਇਸ ਕਰਕੇ ਮੈਂ ਪਿੱਛੇ ਮੁੜ ਕੇ ਹਾਲੇ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ, ਤੀਜੇ ਤੇ ਕੌਣ ਹੈ, ਤੇ ਚੌਥੇ ਤੇ ਕੌਣ ਹੈ। ਮੈਂ ਬਠਿੰਡਾ ਵਾਸਤੇ ਕੀ ਸਪੈਸ਼ਲ ਕਰਨਾ? ਬਹੁਤ ਕੁਛ ਕਰਨਾ ਜੀ, ਇਕੱਲਾ ਬਠਿੰਡੇ ਸ਼ਹਿਰ ਵਾਸਤੇ ਨਹੀਂ, ਸਮੁੱਚੇ ਬਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ, ਮੁਕਤਸਰ, ਬਠਿੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ। ਰੋਡ ਮੈਪ ਬਣਾਇਆ ਹੋਇਆ ਸਾਰਾ ਕੁਛ, ਮੈਂ ਬਹੁਤ ਇੰਟਲੈਕਟ ਬੰਦਿਆਂ ਨਾਲ ਬੈਠ ਕੇ ਸਮਾਂ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੁਛ ਮਾਨਸਾ ਜ਼ਿਲ੍ਹੇ ਦਾ ਕਰ ਸਕਦੇ ਹਾਂ, ਕੀ ਕੁਛ ਬਠਿੰਡੇ ਜ਼ਿਲ੍ਹੇ ਦਾ, ਤੇ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਕਤਸਰ ਜ਼ਿਲ੍ਹੇ ਦਾ ਹੈਗਾ, ਉੱਥੇ ਕੀ ਕਰਨਾ, ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ। ਪੂਰੀ ਇਕਜੁੱਟ ਹੋ ਕੇ ਤੁਹਾਡੇ ਨਾਲ ਪੂਰੀ ਹੈ, ਇਸ ਨੂੰ ਤੁਸੀਂ ਕਿਵੇਂ ਦੇਖਦੇ? ਤੁਹਾਨੂੰ ਮਾੜੀ ਲੱਗ ਰਹੀ ਹੈ? ਤੁਸੀਂ ਸਮਾ ਕੇ ਮੈਨੂੰ ਮੁਬਾਰਕਬਾਦ ਦਿਓ ਕਿ ਜੀਤਮਿੰਦਰ ਨੇ ਜਿਹੜੀ ਚੀਜ਼ ਲੋਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ, ਅਸੰਭਵ ਨੂੰ ਸੰਭਵ ਕਰਕੇ, ਤੇ ਅਸੀਂ ਸਾਰੇ ਤੁਰ ਪਏ ਹਾਂ। ਤੁਸੀਂ ਤਾਂ ਜਿੱਤਣ ਤੋਂ ਬਾਅਦ ਪਹਿਲਾ ਕੰਮ ਕੀ ਹੋਊਗਾ? ਫਸਟ ਕੰਮ ਜਾ ਕੇ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਉਹਦਾ ਗੁਰੂ ਮਹਾਰਾਜ ਦਾ ਧੰਨਵਾਦ, ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ। ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਤਾਂ ਇੱਕ ਸਵਾਲ ਬੜਾ ਹੁੰਦਾ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ, ਪਾਰਟੀ ਬਦਲ ਲੈਂਦੇ ਨੇ, ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਉਦਾਂ ਦੇ ਹੋ ਗਏ ਆ ਕਿ ਜਿੱਦਾਂ ਲੀਡਰ ਹੋ ਗਏ ਨੇ, ਯਾਨੀ ਕਿ ਉਹਨਾਂ ਸਟੈਂਡ ਨਹੀਂ ਉਹ ਕਰ ਪਾ ਰਹੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਜਾਂ ਕਿੱਥੇ ਜਾਣਾ, ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਪਾਰਟੀ ਬਦਲਣ ਦੇ ਨਾਲ ਨੁਕਸਾਨ ਕੀ ਤਰ੍ਹਾਂ ਕਿਤੇ ਹੋ ਰਿਹਾ? ਨਹੀਂ, ਬਿਲਕੁਲ ਹੀ ਨਹੀਂ। ਲੋਕੀ ਜੀਤਮਿੰਦਰ ਨੂੰ ਦੇਖ ਰਹੇ ਨੇ, ਜੀਤਮਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ, ਜੀਤਮਿੰਦਰ ਦੀ ਜ਼ਬਾਨ ਨੂੰ ਦੇਖ ਰਹੇ ਨੇ, ਜੀਤਮਿੰਦਰ ਦੀ ਦਿਲਚਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ, ਜੀਤਮਿੰਦਰ ਦੀ ਇਮਾਨਦਾਰੀ ਨੂੰ ਦੇਖ ਰਹੇ ਨੇ, ਜਿਹੜੀ ਕਿ ਮੈਨੂੰ ਵੋਟ ਪੈ ਰਹੀ। ਕਾਂਗਰਸ ਹਾਈਕਮਾਂਡ ਨੇ ਕੀਤੇ ਆ ਲੋਕਾਂ ਦਾ ਆਪਣਾ ਸਲਾਮ ਮੈਨੂੰ ਫਿਰ ਤੋਂ ਬੁਲਾਇਆ, ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋ, ਨਵੀਂ ਗੱਲ ਕਰੋ, ਆਪਾਂ ਨਵੀਂ ਗੱਲ ਕਰਦੇ ਹਾਂ ਉਹਦੇ ਬਾਰੇ, ਤੁਸੀਂ ਉਹਨੂੰ
ਪੂਰੇ ਕਰਨ ਵਾਸਤੇ ਆਪਣੇ ਏਰੀਏ ਚ ਜੋ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹ ਸਾਰਿਆਂ ਨੂੰ ਕਿਹਾ ਵੀ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ, ਲੇਡੀ ਨੂੰ 1 ਲੱਖ ਦੇ ਰਹੇ ਹਾਂ ਸਾਲ ਦਾ। ਦੇਖੋ ਜੀ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਇੱਥੇ ਵੀ ਬਠਿੰਡੇ ਪਾਰਲੀਮੈਂਟ ਚ ਬਚਾ ਰਹੇ ਹਾਂ, ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਂਦੇ ਹਾਂ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਅਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾ ਦੇਣਗੇ। ਜਲਦੀ ਦੱਸਦੇ ਮੇਰਾ ਬੇਟਾ ਜੀ ਗੁਰਬਾਜ ਸਿੰਘ ਸਿੱਧੂ ਉਦਘਾਟਨ ਹੋਇਆ ਸ਼ੁਰੂਆਤ ਹੈ ਹਲੇ ਤਾਂ ਕਈ ਵਾਰ ਇਕੱਠੇ ਹੋਵਾਂਗੇ ਤੁਸੀਂ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਹੋ ਭਾਜਪਾ ਦੇ ਨਾਲ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਸ਼ਮਸ਼ੇਰ ਸਿੰਘ ਦਿੱਲੋਂ ਸਾਬਕਾ ਪ੍ਰਧਾਨ ਉਹਨਾਂ ਵੱਲੋਂ ਸਵਾਲ ਉਹ ਬੜੇ ਸਤਿਕਾਰਯੋਗ ਨੇ ਜੀ ਉਹਨਾਂ ਦੇ ਜਿਹੜੇ ਆਪਦੇ ਵਿਚਾਰ ਨੇ ਉਹਨਾਂ ਦੇ ਆਪਦੇ ਵਿਚਾਰ ਨੇ ਉਹ ਨਾਗਰਿਕ ਹੈ ਇੱਥੇ ਇਲੈਕਸ਼ਨ ਲੜਦਾ ਇੱਥੇ ਐਮ ਪੀ ਬਣਿਆ ਸਾਡੇ ਮਾਣਯੋਗ ਲੀਡਰ ਨੇ ਇਹ ਬੁਖਲਾਵਟ ਹੈ ਮੈਂ ਦੱਸਾਂ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਆ ਪਿਛਲੇ 3 ਫੇਜ਼ ਹੋ ਗਏ ਨੇ ਇਹਦੇ ਜੋ ਰਿਜ਼ਲਟ ਆਏ ਨੇ ਨਾ ਇਹ ਤੋਂ ਮੈਨੂੰ ਲੱਗਦਾ ਬੀਜੇਪੀ ਵੀ ਗਈ ਬੀਜੇਪੀ ਦੀ ਉਹ ਪੋਜੀਸ਼ਨ ਨਹੀਂ ਰਹੀ ਅਸੀਂ ਕਹਿ ਦਿੰਦੇ ਅਸੀਂ 400 ਤੋਂ ਪਾਰ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਇਹ ਟੈਲੀਵਿਜ਼ਨ ਨੇ ਤੇ ਮੀਡੀਆ ਨੇ ਤੇ ਨਹੀਂ ਡਿਸਾਈਡ ਕਰਨਾ ਕਿ ਕੋਈ ਪਾਰਟੀ 400 ਤੋਂ ਪਾਰ ਹੋਊਗੀ ਜਾਂ 150 ਤੇ ਰਹਿ ਜੂਗੀ ਲੱਗਦਾ ਇੰਡੀਆ ਅਲਾਈਅੰਸ ਜਿੱਤ ਪ੍ਰਾਪਤ ਕਰੇਗਾ 100% ਮੇਰੀ ਜ਼ਬਾਨ ਮੇਰੀ ਇੰਟੈਗ੍ਰਿਟੀ ਮੇਰੀ ਓਨੈਸਟੀ ਮੇਰਾ ਹਾਰਡ ਵਰਕ ਮੇਰੀ ਦਿਲਚਸਪੀ ਕੰਮ ਕਰਾਉਣ ਦੀ ਇਸ ਦੀ ਛਵੀ ਨੂੰ ਮੈਨੂੰ ਤੇ ਕਾਂਗਰਸ ਦੀ ਜੋ ਪੈਟ ਵੋਟ ਹੈ ਕੋਰ ਵੋਟ ਹੈ ਉਹ ਇਕੱਠੀ ਕਰਕੇ ਅਸੀਂ ਕਾਮਯਾਬ ਹੋਵਾਂਗੇ ਕੰਮ ਨਹੀਂ ਕਿਹਾ ਮੈਂ ਸਿੱਧੂ ਸਾਹਿਬ ਜੇ ਗੱਲ ਕਰੀਏ ਮੌਜੂਦਾ ਰਾਜਨੀਤਿਕ ਹਾਲਾਤਾਂ ਦੇ ਲੋਕ ਮੁੱਦੇ ਵਿਸਾਰ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਤੁਹਾਨੂੰ ਲੱਗਦਾ ਰਾਜਨੀਤੀ ਨਿਗਾਰ ਨਹੀਂ ਆ ਰਿਹਾ ਦਿਨੋ ਦਿਨ ਮੈਨੂੰ ਦੱਸੋ ਮੈਂ ਕਿਸੇ ਦੇ ਨਿੱਜੀ ਹਮਲਾ ਕੀਤਾ ਹੋਵੇ ਸਵਾਲ ਜਿਹੜੇ ਇੱਕ ਦੂਜੇ ਦੇ ਨਿੱਜੀ ਦੇਖੋ ਜਿਹੜਾ ਕੋਈ ਕਰ ਰਿਹਾ ਤੁਸੀਂ ਉਹਨੂੰ ਸਵਾਲ ਪੁੱਛੋ ਜੀਤਮਿੰਦਰ ਨੇ ਹਲੇ ਤੱਕ ਕਿਸੇ ਵੀ ਵਿਰੋਧੀ ਪਾਰਟੀ ਦੇ ਜਿਹੜਾ ਵੀ ਕੋਈ ਉਮੀਦਵਾਰ ਹੈ ਕੋਈ ਨਿੱਜੀ ਹਮਲਾ ਨਹੀਂ ਕੀਤਾ ਅਸੀਂ ਬਿਲੀਵ ਹੀ ਨਹੀਂ ਕਰਦੇ ਨਿੱਜੀ ਹਮਲਾ ਕੀ ਕਰੋਗੇ ਤੁਸੀਂ ਜਦੋਂ ਉਹ ਤਾਂ ਗਈ ਉਹਦੇ ਕੀ ਹਮਲਾ ਕਰੋਗੇ ਸੋ ਇਸ ਕਰਕੇ ਜਿਹੜੀ ਚੀਜ਼ ਹੈ ਇਲੈਕਸ਼ਨ ਮੁੱਦਿਆਂ ਤੇ ਲੜੀ ਜਾਂਦੀ ਹੈ।